22 ਮਾਰਚ ਨੂੰ ਲੋਕਡਾਊਨ ਸਰ ਕੀਤਾ ਗਿਆ, ਉਹਦੇ ਬਾਰੇ ਸਰ ਕੀ ਜਾਣਕਾਰੀ ਦੇਣਾ ਚਾਹੋਗੇ? ਸਰ ਲੋਕ ਇਹਦੇ ਬਾਰੇ ਅਵੇਅਰ ਨੇ, ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹੈਗਾ, ਅਤੇ ਹਾਂ ਜਿਹੜਾ ਅੱਗੇ ਵਾਸਤੇ ਲੋਕਡਾਊਨ ਹੈਗਾ ਅਤੇ ਉਹਦੇ ਵਿੱਚ ਵੀ ਸਰ ਜਿਹੜੀ ਹੁਣ ਸਰ ਨਿਊਜ਼ ਆ ਰਹੀ 31 ਮਾਰਚ ਤੱਕ ਉਹਦੇ ਬਾਰੇ ਕਹਿ ਰਹੇ 31 ਮਾਰਚ ਤੱਕ ਸਰ ਲੋਕਡਾਊਨ ਰਹੂਗਾ, 31 ਮਾਰਚ ਤੱਕ ਹੋਏਗਾ ਸਰ? ਉਹਦੇ ਜੀ ਇੱਕ ਜ਼ਰੂਰੀ ਚੀਜ਼ ਇਹ ਹੈ ਜੀ, ਉਹਨਾਂ ਨੇ ਸਰਕਾਰ ਵੱਲੋਂ ਹਦਾਇਤ ਹੈ ਵੀ ਸਿਰਫ ਕਰਿਆਨੇ ਦੀ ਅਤੇ ਦਵਾਈਆਂ ਵਾਲੇ ਖੁੱਲਣਗੀਆਂ, ਜੇ ਮੰਨ ਲਓ ਦੂਜੀਆਂ ਦੁਕਾਨਾਂ ਖੁੱਲਦੀਆਂ ਕੀ ਪ੍ਰਸ਼ਾਸਨ ਉਹਨਾਂ ਨੂੰ ਬੰਦ ਕਰਵਾਏਗਾ? ਬਿਲਕੁਲ ਜੀ, ਜੋ ਸਰਕਾਰ ਦੀਆਂ ਹਦਾਇਤਾਂ ਹੈਗੀਆਂ, ਜੋ ਇਸ ਵੇਲੇ ਜੋ ਹਾਲਾਤ ਬਣੇ ਹੋਏ ਹੈਗੇ ਇਸ ਬਿਮਾਰੀ ਨੂੰ ਕਾਬੂ ਕਰਨ ਵਾਸਤੇ, ਅਤੇ ਉਹ ਸਾਰਾ ਕੁਛ ਕਰਾਂਗੇ। ਪੁਲਿਸ ਪ੍ਰਸ਼ਾਸਨ ਵੱਲੋਂ ਜੋ ਵੀ ਇਨਫੋਰਸਮੈਂਟ, ਜੋ ਵੀ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਕੱਲ੍ਹ ਤੱਕ 31 ਤਰੀਕ ਤੱਕ ਜੋ ਵੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡਿਸਟ੍ਰਿਕਟ ਮੋਗੇ ਦਾ ਪ੍ਰੋਗਰਾਮ ਲਿਖਣਗੇ, ਅਤੇ ਡਿਸਟ੍ਰਿਕਟ ਪੁਲਿਸ ਉਹਨੂੰ ਇਨਫੋਰਸ ਕਰਨ ਲਈ ਪੂਰੀ ਤਤਪਰ, ਅਡੀਸ਼ਨਲ ਫੋਰਸਿਸ ਜਿਹੜੀਆਂ ਅਤੇ ਨਾਕਾਬੰਦੀਆਂ ਅਤੇ ਪਿੰਡਾਂ ਦੀਆਂ ਗਸ਼ਤਾਂ ਇਹ ਸਾਰੀਆਂ ਇਨ ਪਲੇਸ ਨੇ, ਅਤੇ ਸਾਰੇ ਡਿਸਟ੍ਰਿਕਟ ਅਫਸਰਸ ਇੰਕਲੂਡਿੰਗ ਸਾਰੇ ਐਸ ਐਚ ਓਸ ਕੰਪਨੀ ਇੰਚਾਰਜਸ ਸਾਰਿਆਂ ਨੂੰ ਬਰੀਫ ਕੀਤਾ ਗਿਆ, ਔਰ ਜੋ ਵੀ ਸਰਕਾਰ ਦਾ ਡਿਸੀਜਨ ਹੋਊਗਾ ਉਹਨੂੰ ਇਨਫੋਰਸ ਕੀਤਾ ਗਿਆ। ਸਰ ਜਨਤਾ ਨੂੰ ਕੋਈ ਇਸ ਵਾਸਤੇ ਢਿੱਲ ਦਿੱਤੀ ਜਾਊਗੀ ਵੇਚਣ ਦੇ ਕੋਈ? ਹਾਂ, ਇਹ ਹੁਣ ਇਹ ਡਿਸਾਈਡ ਹੋ ਜਾਊਗਾ ਵੀ ਜਨਤਾ ਨੂੰ ਕਿਹੜੇ ਕਿੰਨੇ ਟਾਈਮ ਤੋਂ ਲੈ ਕੇ ਕਿੰਨੇ ਟਾਈਮ ਤੱਕ ਢਿੱਲ ਦੇਣੀ ਆ। ਦੌਰਾਨੇ ਢਿੱਲ ਵੀ ਲੋਕਾਂ ਨੂੰ ਇਹੋ ਅਪੀਲ ਕਰਾਂਗੇ ਕਿ ਉਹ 20 ਤੋਂ ਵੱਧ ਕਿਤੇ ਵੀ ਇਕੱਠੇ ਨਾ ਹੋਣ, ਅਤੇ ਜੇ ਕਿਤੇ ਹੁੰਦੇ ਵੀ 1 ਮੀਟਰ ਦੀ ਦੂਰੀ ਬਣਾ ਕੇ ਰੱਖਣ, ਅਤੇ ਘਰਾਂ 'ਚੋਂ ਬਾਹਰ ਵੀ ਉਸ ਸਮੇਂ ਤੋਂ ਕੋਈ ਖਰੀਦੋ ਫਰੋਖ ਕਰਨ ਆਉਣਾ ਅਤੇ ਝੁੰਡਾਂ 'ਚ ਨਾ ਆਉਣ, ਘਰ ਦਾ 1 ਮੈਂਬਰ ਹੀ ਆਵੇ ਅਤੇ ਜੋ ਕੁਝ ਖਰੀਦਣਾ ਉਹ ਖਰੀਦ ਕੇ ਆਪਦੇ ਘਰ ਚਲੇ ਜਾਣ। ਇਹ ਇੱਕ ਬਿਮਾਰੀ ਦਾ ਜਿਹੜਾ ਇਹ ਮਾੜਾ ਸਮਾਂ, ਇਹਦੇ 'ਚ ਸਾਰਿਆਂ ਨੂੰ ਸੋਚ ਵਿਚਾਰ ਕੇ ਇੱਕ ਦੂਜੇ ਦੀ ਮਦਦ ਨਾਲ ਇਸ ਸਮੇਂ ਨੂੰ ਕੱਢਣਾ ਚਾਹੀਦਾ, ਤਾਂ ਕਿ ਆਪਾਂ ਖੁਸ਼ ਰਹਿ ਸਕੀਏ, ਆਪਣਾ ਪੰਜਾਬ ਖੁਸ਼ਹਾਲ ਰਹੇ। ਸਰ ਜਿਵੇਂ ਕਿ ਦੇਖਣ ਨੂੰ ਆ ਰਿਹਾ ਕਿ ਮੈਰਿਜ ਤੋਂ ਲੋਕ ਅੱਜ ਸਵੇਰ ਦੇ ਇੱਥੇ ਸਰ ਅਸੀਂ ਰਾਊਂਡ ਅਪ ਕਰ ਰਹੇ ਹਾਂ, ਮੈਰਿਜ ਦੇ ਲੋਕ ਨੂੰ ਕਹਿ ਰਹੇ ਬਹੁਤ ਕਿ ਮੈਰਿਜ ਦਾ ਕੀ ਕਰ ਰਹੇ? ਜਿੱਥੋਂ ਵੀ ਵਿਆਹ ਦਾ ਜਾਂ ਕੋਈ ਵੀ ਇਹੋ ਜਿਹਾ ਫੰਕਸ਼ਨ ਹੈਗਾ, 20 ਤੋਂ ਉੱਪਰ ਬੰਦੇ ਅਲਾਊਡ ਨਹੀਂ ਹੈਗੇ, ਅਸੀਂ ਉਹਨਾਂ ਦੇ ਖਿਲਾਫ਼ ਜਿਹੜੀ 188 ਦੇ ਤਹਿਤ ਵੀ ਕਾਰਵਾਈ ਕਰ ਸਕਦੇ ਹਾਂ, ਅਤੇ 265 IPC ਦੇ ਤਹਿਤ ਵੀ ਪਰਚਾ ਦਰਜ ਕਰ ਸਕਦੇ ਹਾਂ। ਉਹ ਲੋਕਾਂ ਨੂੰ ਇਤਿਹਾਤ ਵਰਤਣੀ ਚਾਹੀਦੀ ਹੈ, 20 ਦਾ ਵੀ ਜਿੱਥੇ ਇਕੱਠ ਹੈਗਾ 1 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਰ ਜਿਵੇਂ ਔਰ ਇਹ ਸਾਰਾ ਲੋਕਾਂ ਦੀ ਸਿਹਤ ਵਾਸਤੇ ਆ, ਕੋਈ ਇਹ ਕਿਸੇ ਦੀ ਕੋਈ ਚੀਜ਼ ਇੰਪੋਜ਼ ਨਹੀਂ ਕੀਤੀ ਜਾ ਸਕਦੀ, ਇਹ ਸਮਾਂ ਦੀ ਨਜਾਕਤ ਹੀ ਇਹੋ ਜਿਹੀ ਆ ਵੀ ਹਰ ਇੱਕ ਨੂੰ ਜਿਹੜਾ ਹੈਗਾ ਵਾ ਆਪਣੇ ਪ੍ਰਤੀ ਅਤੇ ਆਪਣੇ ਪਰਿਵਾਰ ਪ੍ਰਤੀ ਵੀ ਸੋਚਣਾ ਚਾਹੀਦਾ। ਸਰ ਜਿਵੇਂ ਟਰੱਕ ਇੱਥੇ ਰੋਕ ਕੇ ਖੜ੍ਹੇ ਹੋਏ ਸਾਰੇ ਲੌਂਗ ਰੂਟ ਤੋਂ ਆ ਰਹੇ, ਇਹਨਾਂ ਨੂੰ ਸਰ ਰਸਤੇ ਵਿੱਚ ਰੋਕਿਆ ਜਾ ਕਿਤੇ ਅੱਗੇ ਆ ਰਹੇ, ਇਹਨਾਂ ਬਾਰੇ ਸਰ ਕੀ ਕਹਿਣਾ ਚਾਹੋਗੇ? ਜਿਹੜੇ ਕੋਈ ਟਰੱਕ ਟਰੈਵਲ ਕਰ ਰਹੇ ਆ ਅਤੇ ਉਹਨਾਂ ਦੇ ਵਿੱਚ 2 ਬੰਦੇ ਹੀ ਆ, ਅਤੇ ਉਦੋਂ 1 ਮੀਟਰ ਦੀ ਦੂਰੀ ਹੈਗੀ ਆ, ਅਤੇ ਉਹਨਾਂ ਨੂੰ ਸੈਨੇਟਾਈਜ਼ ਕਰਕੇ ਅਸੀਂ ਅੱਗੇ ਭੇਜ ਕੇ। ਸਰ ਹੋਰ ਜਾਣਕਾਰੀ? ਬਸ ਲੋਕਾਂ ਨੂੰ ਇਹੋ ਹੀ ਅਪੀਲ ਆ ਕਿ ਜਦੋਂ ਅਸੀਂ ਤਾਂ ਲੋਅ ਇਨਫੋਰਸਮੈਂਟ ਏਜੰਸੀਆਂ ਸਰਕਾਰ ਦੀਆਂ ਹਦਾਇਤਾਂ ਦਾ ਪੂਰਨ ਅਸੀਂ ਪਾਲਣਾ ਕਰਨਾ, ਜੋ ਵੀ ਜੇ 20 ਤੋਂ ਬਾਹਰ ਬੰਦੇ ਇਕੱਠੇ ਹੁੰਦੇ ਆ ਜ਼ਿਆਦਾ, ਤੋਂ ਗੈਰ ਕਾਨੂੰਨੀ ਉਹਨਾਂ ਖਿਲਾਫ਼ ਜਿਹੜਾ ਵਾ ਉਹ ਕਾਰਵਾਈ ਜਿਹੜੀ ਆ ਪਰਚਾ ਦਰਜ ਕੀਤਾ ਜਾਊਗਾ, ਕਾਰਵਾਈ ਕੀਤੀ ਜਾਊਗੀ। ਔਰ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹ ਕੋਈ ਮਜਬੂਰੀ ਆ ਸਾਰਿਆਂ ਦੀ, ਪ੍ਰਸ਼ਾਸਨ ਦੀ ਵੀ, ਸਰਕਾਰ ਦੀ ਵੀ, ਇਹ ਇੱਕ ਵਾਇਰਸ ਹੀ ਇਹੋ ਜਿਹਾ ਹੈਗਾ ਵਾ ਜਿਹਨੂੰ ਅਜੇ ਆਪਾਂ ਢੰਗ ਦੇ ਨਾਲ ਡੀਲ ਕਰਾਂਗੇ ਤਾਂ ਇਹ ਨਿਕਲ ਜਾਊਗਾ। ਚਾਈਨਾ ਵਰਗੇ ਮੁਲਕ ਨੇ ਵੀ ਇੱਥੇ ਕਾਬੂ ਕਰ ਲਿਆ, ਉੱਥੇ ਹੁਣ ਕੋਈ ਚੀਜ਼ ਨਹੀਂ ਇਹੋ ਜਿਹੀ ਰਿਪੋਰਟ ਅਸੀਂ, ਹਾਲਾਂਕਿ ਉਹਨਾਂ ਦੀ ਆਬਾਦੀ ਸਾਡੇ ਨਾਲੋਂ ਕਿਤੇ ਵੱਧ ਆ। ਤੋ ਲੋਕਾਂ ਅੱਗੇ ਅਪੀਲ ਆ, ਇਤਿਹਾਤ ਵਰਤਣ, ਘਰਾਂ 'ਚ ਰਹਿਣ, ਸਟੇ ਐਟ ਹੋਮ, ਬਾਹਰ ਨਾ ਨਿਕਲੋ। ਜੇ ਕੱਲ੍ਹ ਤੋਂ ਲੈ ਕੇ 31 ਤਰੀਕ ਤੱਕ, ਜਿਹੜਾ ਅੱਜ ਤੋਂ ਲੈ ਕੇ 31 ਤਰੀਕ ਤੱਕ ਇਹ ਜਿਹੜਾ ਹੈਗਾ ਵਾ ਲੋਕਡਾਊਨ ਹੋਰ ਅੱਗੇ ਜਾਣਾ ਹੈਗਾ, ਸੋ ਉਹਦੇ ਵਿੱਚ ਵੀ ਜਿਹੜਾ ਟਾਈਮ ਰਿਲੈਕਸੇਸ਼ਨ ਦਾ ਆਊਗਾ, 1 ਹੀ ਪਰਿਵਾਰ ਦਾ ਮੈਂਬਰ ਬਾਹਰ ਆਵੇ ਔਰ ਉਹ ਜੋ ਵੀ ਖਰੀਦੋ ਫੋਕਸ ਕਰਕੇ ਉਹ ਚਲਾ ਆਪਦੇ ਘਰ ਵਾਪਸ ਆਵੇ। ਇਹਦੇ 'ਚ